ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੇ ਇੱਕ ਸਿੰਪਲ ਸੂਟ ਦੀ ਬਹੁਤ ਹੀ ਪਿਆਰੀ ਜਿਹੀ ਡਰੈੱਸ ਠੀਕ ਹੈ ਜੀ ਹਾਂਜੀ ਸ਼ੁਰੂ ਕਰਦੇ ਹਾਂ ਆਪਾਂ ਇਸ ਦੀ ਕਟਿੰਗ ਹਾਂਜੀ ਆਪਣੇ ਕੋਲੇ 4.5 ਮੀਟਰ ਕੱਪੜਾ ਹੈ ਜੀ ਪੂਰੇ ਸੂਟ ਦਾ ਔਰ ਇਹਦੇ ਤੇ ਆਪਾਂ ਆਹ ਵਾਲਾ ਸਮਾਨ ਲਗਾ ਕੇ ਇੱਕ ਬਹੁਤ ਹੀ ਪਿਆਰੀ ਜਿਹੀ ਡਰੈੱਸ ਬਣਾ ਲਾਂਗੇ ਠੀਕ ਹੈ ਜੀ ਆਹ ਵਾਲੀ ਮੇਰੇ ਕੋਲ ਲੈਸ ਆ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਆਪਣੇ ਡਰੈਸ ਦੀ ਕਟਿੰਗ ਆਪਾਂ ਸਭ ਤੋਂ ਪਹਿਲਾਂ ਇਹ ਕੱਪੜੇ ਨੂੰ ਬਰਾਬਰ ਕਰਕੇ ਵਿਛਾ ਲੈਣਾ ਹੈ ਠੀਕ ਹੈ ਜੀ ਇਹਨੂੰ ਮੈਂ 4 ਫੋਲਡ ਕਰਕੇ ਜਿੰਨੀ ਆਪਣੀ ਕਢਾਈ ਉੱਪਰ ਤੱਕ ਆ ਉਹਨੇ ਨੂੰ ਡਬਲ ਫੋਲਡ ਕਰਕੇ ਇਸ ਤਰੀਕੇ ਨਾਲ ਵਿਛਾ ਕੇ ਇਹਨੂੰ ਅਲੱਗ ਕਰ ਲਿਆ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਇਹਦੀ ਕਢਾਈ ਕੱਢੀ ਹੋਈ ਹੈ ਘੇਰੇ ਤੇ ਉਹਦੀ ਕਟਿੰਗ ਕਰ ਲਾਂਗੇ ਕੱਟ ਕੇ ਅਲੱਗ ਕਰ ਲਾਂਗੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਕੱਟਣਾ ਹੈ ਆਪਣਾ ਕਮੀਜ਼ ਕਮੀਜ਼ ਦੀ ਆਪਾਂ ਸਭ ਤੋਂ ਪਹਿਲਾਂ ਲੈਣੀ ਹੈ ਲੈਂਥ ਠੀਕ ਹੈ ਜੀ ਲੈਂਥ ਲੈ ਲਈ ਇਸ ਤੋਂ ਬਾਅਦ ਲਗਾਉਣਾ ਆਪਾਂ ਧੀਰੇ ਦਾ ਨਿਸ਼ਾਨ ਧੀਰਾ ਲਗਾਇਆ ਆਪਾਂ ਇੱਥੇ 7 ਇੰਚ ਤੇ 7 ਇੰਚ ਤੇ ਧੀਰੇ ਦਾ ਨਿਸ਼ਾਨ ਲਗਾਇਆ ਉਸ ਤੋਂ ਬਾਅਦ ਆਪਾਂ ਲਗਾਉਣਾ ਮੋਢੇ ਦਾ ਨਿਸ਼ਾਨ ਇਹ ਜਿਹੜਾ ਮੋਢੇ ਦਾ ਨਿਸ਼ਾਨ ਇਹ ਵੀ ਆਪਾਂ 7 ਇੰਚ ਤੇ ਲਗਾਵਾਂਗੇ ਔਰ ਆਪਣੇ ਇਸ ਤਰੀਕੇ ਨਾਲ ਆਰਮਹੋਲ ਦੀ ਨਿਸ਼ਾਨੀ ਲਾ ਦਾਂਗੇ ਹਾਂਜੀ ਆਰਮਹੋਲ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਨਿਸ਼ਾਨ ਲਗਾਉਣੇ ਇਹਦੇ neck ਦੇ ਇੱਥੋਂ ਆਪਾਂ ਦਾ ਬੋਟ neck ਕੱਟਿਆ 3.5 ਚੜਾਈ ਔਰ 3 ਇੰਚ ਲੰਬਾਈ ਰੱਖੀ ਹੈ ਦੀ ਔਰ ਇਸ ਤਰੀਕੇ ਨਾਲ ਆਪਾਂ ਨੂੰ ਹਲਕੀ ਜਿਹੀ ਗੁਲਾਈ ਦਿੱਤੀ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਇਹਦਾ ਸਾਈਡ ਸੀਨ ਦਾ ਗੈਪ ਰੱਖਣਾ ਹੈ 13 ਇੰਚ ਔਰ ਕਮਰ ਦਾ ਗੈਪ ਰੱਖਣਾ ਹੈ 6 ਇੰਚ ਠੀਕ ਹੈ ਜੀ ਇੱਥੇ ਆਪਾਂ ਹੁਣ ਆਪਣੇ ਫਿਟਿੰਗ ਦੇ ਨਿਸ਼ਾਨ ਲਾ ਦਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਲਾਈਨਾਂ ਸਿੱਧੀਆਂ ਖਿੱਚ ਲੈਣੀਆਂ ਉਸ ਤੋਂ ਬਾਅਦ ਆਪਾਂ ਇੱਥੇ ਲਗਾਉਣਾ ਆਪਣੀ ਛਾਤੀ ਦਾ ਮਾਰਕ ਇੱਥੇ ਆਪਾਂ ਲਗਵਾਉਣਾ ਜੀ ਕਮਰ ਦਾ ਔਰ ਇਹ ਨਿਸ਼ਾਨ ਲਗਾਉਣੇ ਤੁਸੀਂ ਆਪਣੀ ਫਿਟਿੰਗ ਦੇ ਹਿਸਾਬ ਨਾਲ ਠੀਕ ਹੈ ਜੀ ਜਿੰਨੀ ਵੀ ਤੁਹਾਡੀ ਫਿਟਿੰਗ ਬਣਦੀ ਉਸ ਹਿਸਾਬ ਨਾਲ ਇਸ ਤਰੀਕੇ ਨਾਲ ਨਿਸ਼ਾਨ ਲਗਾ ਕੇ ਆਪਾਂ ਇਹ ਨਿਸ਼ਾਨਾਂ ਤੇ ਇਸ ਤਰੀਕੇ ਨਾਲ ਸਿੱਧੀਆਂ ਲਾਈਨਾਂ ਖਿੱਚ ਲਾਂਗੇ पूरे निशाना मिला देंगे आप घेरे तक और आप कर देंगे कटिंग ठीक है जी हूँ आपकी कटिंग कर देनी पूरे दी जिद जिदा आप मार्किंग की हुई है और जोड़ा आप बोट ने आप अगला पिछला सेम ही कट्ट ठीक है जी हम अपनी कटिंग हो गई हूँ आपडते निशानियां लगावे इस तरीके हाँ जी हूँ आप जिन्ना भी मारजन रखा से उस हिसाब न मारजन रख के आप इतने सीधिया लाइन खिंच देनिया ने ਹਾਂਜੀ ਆਪਣੀ ਦੂਜੀ ਸਾਈਡ ਤੇ ਮਾਰਕਿੰਗ ਹੋ ਗਈ ਫਿਟਿੰਗ ਦੀ ਹੁਣ ਆਪਾਂ ਪਿਛਲੀ ਸਾਈਡ ਅਲੱਗ ਕਰਕੇ ਆਪਾਂ ਇਹਦੀ ਫਰੰਟ ਵਾਲੀ ਕਾਰਟ ਪਾਵਾਂਗੇ ਮੋਢੇ ਦੀ ਕਾਰਟ ਫਰੰਟ ਵਾਲੀ ਜਿਹੜੀ ਹੁੰਦੀ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਕਮੀਜ਼ ਦੇ ਅਗਲੇ ਸਾਈਡ ਤੇ ਕੱਟ ਪਾਣਾ ਉਹਦਾ ਨਿਸ਼ਾਨ ਲਗਾਉਣਾ ਹੈ ਇਹ ਨਿਸ਼ਾਨ ਲਗਾਇਆ ਮੈਂ ਚਾਕ ਦੇ ਹਿਸਾਬ ਨਾਲ ਜਿੰਨੇ ਆਪਣੀ ਚਾਕ ਉਸੇ ਹਿਸਾਬ ਨਾਲ ਮੈਂ ਇੱਥੇ ਨਿਸ਼ਾਨ ਲਗਾ ਕੇ ਕਟਿੰਗ ਕਰਤੀ ਹੈ ਜੀ ਹਾਂਜੀ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਹੁਣ ਆਪਾਂ ਇਹਦੀਆਂ ਬਾਹਾਂ ਕੱਟਾਂਗੇ ਬਾਹਾਂ ਦੀ ਲੈਂਥ ਇੱਥੇ ਰੱਖੀ ਹੈ ਜੀ ਮੈਂ ਪੂਰੀ ਗੁੱਟ ਤੱਕ ਤੁਸੀਂ ਆਪਣੇ ਹਿਸਾਬ ਨਾਲ ਘੱਟ ਜਾਂ ਵਾਧੇ ਦੀ ਲੈਂਥ ਰੱਖ ਸਕਦੇ ਹੋ ਠੀਕ ਹੈ ਜੀ ਦੇਖੋ ਇਹਦੀ ਲੈਂਥ ਇੱਥੋਂ ਮੈਂ ਰੱਖੀ ਹੈ 20 ਇੰਚ 20 ਇੰਚ ਤਿਆਰ ਰੱਖੀ ਹਾਂਜੀ ਇਹ ਚੜਾਈ ਵਿੱਚ ਕਪੜਾ ਆਪਾਂ 9 ਇੰਚ ਲਿਆ ਸੀ ਠੀਕ ਹੈ ਜੀ ਹਾਂਜੀ ਇਸ ਤਰੀਕੇ ਨਾਲ ਮਾਰਕਿੰਗ ਕਰਕੇ ਆਪਾਂ ਇਹਦੀ ਕਟਿੰਗ ਕਰ ਲਾਂਗੇ। ਉਸ ਤੋਂ ਬਾਅਦ ਜਿਹੜੀ ਆਪਾਂ ਕਮੀਜ਼ ਦੇ ਘੇਰੇ ਤੋਂ ਕਢਾਈ ਕੱਟ ਕੀਤੀ ਸੀ ਉਹ ਆਪਾਂ ਆਪਣੀ 슬ੀਵ ਦੀ ਮੋਰੀ ਤੇ ਲਗਾਵਾਂਗੇ ਜੀ। ਹਾਂਜੀ ਇਸ ਤਰੀਕੇ ਨਾਲ ਆਪਾਂ ਕੱਟ ਕਰ ਲਈ ਹੈ ਜੀ। ਇਸ ਤੋਂ ਬਾਅਦ ਕਟਣਾ ਆਪਾਂ ਆਪਣਾ ਲਹਿੰਗਾ, ਲਹਿੰਗੇ ਦੇ ਆਪਾਂ ਫੱਟਾ ਪੰਨਣਾ ਹੈ ਜੀ 3 ਜਾਂ 4 ਇੰਚ ਦਾ। 3-4 ਇੰਚ ਤੇ ਆਪਾਂ نیچے ਨਿਸ਼ਾਨ ਲਗਾ ਕੇ ਉਸ ਤੋਂ ਬਾਅਦ ਆਪਣੀ ਲੈਂਥ ਦੀ ਨਿਸ਼ਾਨੀ ਲਗਾ ਲੈਣੀ ਹੈ ਜੀ। ਔਰ ਲੈਂਥ ਦੀ ਨਿਸ਼ਾਨੀ ਲਗਾਉਣ ਤੋਂ ਬਾਅਦ ਆਪਾਂ ਇਹਦੀ ਪੂਰੀ ਦੀ ਕਟਿੰਗ ਕਰ ਦਾਂਗੇ। ਕਟਿੰਗ ਕਰਨ ਤੋਂ ਬਾਅਦ ਆਪਾਂ ਇਹ ਸਾਰੇ ਕਪੜੇ ਨੂੰ ਡਬਲ ਫੋਲਡ ਕਰਕੇ ਇਹ ਹਾਂਜੀ ਸੈਂਟਰ ਚੋਂ ਕੱਟ ਕਰ ਲਿਆ ਹੁਣ ਆਪਾਂ ਕੱਟਣੀ ਆ ਜੀ ਇਹਦੀ 벨ਟ 벨ਟ ਦੀ ਚੜਾਈ ਰੱਖਣੀ ਆਪਾਂ 6 ਇੰਚ ਔਰ ਇਹਦੀ ਲੰਬਾਈ ਆਪਾਂ ਰੱਖਣੀ ਆ ਆਪਣੀ ਕਮਰ ਦੇ ਹਿਸਾਬ ਨਾਲ ਜਿੰਨੀ ਤੁਹਾਡੀ ਪੂਰੀ ਕਮਰ ਆ ਉਤੋਂ ਉਹਦੇ ਵਿੱਚ ਆਪਾਂ 10 ਇੰਚ ਪਲੱਸ ਕਰਨੇ ਆ ਪਲੱਸ ਕਰਨ ਤੋਂ ਬਾਅਦ ਜਿੰਨਾ ਵੀ ਆਇਆ ਓਨੀ ਆਪਾਂ ਆਪਣੀ 벨ਟ ਕੱਟ ਕਰ ਲੈਣੀ ਆ ਜੀ ਮੈਂ ਇੱਥੇ 벨ਟ ਕੱਟ ਕੀਤੀ ਆ ਜੀ 20 ਇੰਚ ਹਾਂਜੀ ਇਸ ਤੋਂ ਬਾਅਦ ਆਪਾਂ ਲਹਿੰਗੇ ਦੀ ਉੱਪਰ ਵਾਲੀ ਸਾਈਡ ਤੇ ਆਪਾਂ ਅੱਧਾ ਇੰਚ ਦਾ ਮਾਰਕ ਕਰਕੇ ਆਪਾਂ ਇੱਕ ਵੱਡੇ ਬਖੇ ਨਾਲ ਸਲਾਈ ਲਗਾ ਲਾਂਗੇ ਇੱਥੇ ਪਾਉਣੀਆਂ ਨੇ ਆਪਾਂ ਚੋਣਾ ਧਾਗਾ ਖਿੱਚ ਕੇ ਜੀ ਦੇਖੋ ਆਪਾਂ ਸਲਾਈ ਲਗਾ ਲਈ ਹੈ ਹੁਣ ਆਪਾਂ ਇਹਦਾ ਧਾਗਾ ਖਿੱਚ ਕੇ ਆਪਾਂ ਇਥੇ ਚੋਣਾ ਪਾਵਾਂਗੇ ਠੀਕ ਹੈ ਜੀ ਜਿੰਨੀ ਵੀ ਤੁਹਾਡੀ ਬੈਲਟ ਆ ਉਹਦੇ ਅਕੋਰਡਿੰਗ ਤੁਸੀਂ ਇੱਥੇ ਚੋਣਾ ਪਾ ਲਓ ਔਰ ਹਾਂਜੀ ਇਸ ਤਰੀਕੇ ਨਾਲ ਆਪਾਂ ਧਾਗਾ ਖਿੱਚ ਕੇ ਪੂਰੇ ਤੇ ਚੋਣਾ ਪਾ ਲੈਣੀ ਹੈ ਅਗਲੀ ਪਿਛਲੀ ਸਾਈਡ ਦੋਨਾਂ ਤੇ ਠੀਕ ਹੈ ਜੀ ਹਾਂਜੀ ਹੁਣ ਚੋਣਾ ਪਾਉਣ ਤੋਂ ਬਾਅਦ ਆਪਾਂ ਇੱਥੇ ਇੱਕ ਪੱਕੀ ਸਲਾਈ ਲਗਾ ਦੇਣੀ ਹੈ ਚੋਣਾ ਦੇ ਉੱਪਰ ਔਰ ਇਸੇ ਤਰੀਕੇ ਨਾਲ ਆਪਾਂ ਇਹਦੀ ਪਿਛਲੀ ਸਾਈਡ ਵੀ ਤਿਆਰ ਕਰ ਲੈਣੀ ਹੈ ਜੀ ਠੀਕ ਹੈ ਜੀ ਪੱਕੀ ਸਲਾਈ ਲੱਗ ਗਈ ਆਪਣੀ ਦੋਨੋਂ ਸਾਈਡਾਂ ਤਿਆਰ ਹੋ ਗਈਆਂ ਇਸ ਤੋਂ ਬਾਅਦ ਆਪਣਾ ਜਿਹੜਾ ਘੇਰਾ ਵਾ ਇੱਥੇ ਆਪਾਂ 3 3 ਇੰਚ ਦਾ ਨਿਸ਼ਾਨ ਲਗਾ ਲੈਣਾ ਜਿਹੜਾ ਆਪਾਂ ਉੱਪਰ ਨੂੰ ਫੋਲਡ ਕਰਨਾ ਹੈ ਜੀ ਔਰ ਜਿਹੜਾ ਤੁਹਾਡੇ ਲਹਿੰਗੇ ਦਾ ਘੇਰਾ ਵਾ ਇਹ ਤੁਸੀਂ ਚੌੜਾ ਹੀ ਫੋਲਡ ਕਰਨਾ ਠੀਕ ਹੈ 3 ਇੰਚ ਕਰ ਲਓ ਚਾ 4 ਇੰਚ ਕਰ ਲਓ ਹਾਂਜੀ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਆਪਣੇ ਲਹਿੰਗੇ ਦੀ ਇੱਕ ਸਾਈਡ ਜੋੜਾਂਗੇ ਠੀਕ ਹੈ ਜੀ ਸਲਾਈ ਲਗਾ ਕੇ ਜੋੜ ਲਈ ਉਸ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਨੂੰ ਇਸ ਤਰੀਕੇ ਨਾਲ ਰੱਖ ਕੇ ਇਹਦੇ ਉੱਪਰ ਆਪਣੀ ਬੈਲਟ ਰੱਖਣੀ ਹੈ ਔਰ ਇੱਥੇ ਇੱਕ ਸਲਾਈ ਲਗਾ ਦੇਣੀ ਹੈ ਜੀ ਅੱਧੇ-ਅਧੇਨ ਚ ਦੀ ਇਹ ਸਲਾਈ ਲਗਾਉਣੀ ਆਪਾਂ ਠੀਕ ਹੈ ਜੀ ਹਾਂਜੀ ਇਸ ਤਰੀਕੇ ਨਾਲ ਆਪਾਂ ਪੂਰੇ ਤੇ ਸਲਾਈ ਲਗਾ ਲੈਣੀ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਾਂ ਪਾਉਣੀ ਹੈ ਇਹਦੇ ਵਿੱਚ ਇਲਾਸਟਿਕ ਠੀਕ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਇੱਕ ਸਾਈਡ ਤੇ ਟਾਂਕਾ ਲਗਾ ਲੈਣਾ ਟਾਂਕਾ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਕੇ ਔਰ ਇਹਦੇ ਉੱਪਰ ਆਪਾਂ ਇੱਕ ਸਲਾਈ ਲਗਾ ਦਾਂਗੇ ਤੁਸੀਂ ਜਾਓ ਤੇ ਇੱਥੇ ਨਾਲੇ ਵਾਲਾ ਲਹਿੰਗਾ ਬਣਾ ਸਕਦੇ ਹੋ ਜੀ ਇਹ ਛੋਟੀ ਬੱਚੀ ਦਾ ਹੈ ਇਸ ਕਰਕੇ ਮੈਂ ਇਹਦੇ ਵਿੱਚ ਇਲਾਸਟਿਕ ਪਾ ਰਹੀ ਹਾਂ ਜੀ ਔਰ ਇਲਾਸਟਿਕ ਤੁਸੀਂ ਲੈਣੀ ਹੈ ਆਪਣੀ ਕਮਰ ਤੋਂ 4 ਇੰਚ ਘੱਟ ਠੀਕ ਹੈ ਜੀ ਔਰ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਦੂਜੀ ਸਾਈਡ ਤੇ ਟਾਂਕਾ ਲਗਾ ਲੈਣਾ ਹੈ ਹਾਂਜੀ ਜੇ ਤੁਹਾਨੂੰ ਕਿਸੇ ਵੀ ਚੀਜ਼ ਦੀ ਸਮਝ ਨਾ ਲੱਗੇ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਠੀਕ ਹੈ ਜੀ ਔਰ ਇਹ ਟਾਂਕਾ ਲਗਾਉਣ ਤੋਂ ਬਾਅਦ ਆਪਾਂ ਲਹਿੰਗੇ ਦੀ ਦੂਜੀ ਸਾਈਡ ਤੇ ਸਲਾਈ ਲਗਾ ਲੈਣੀ ਹੈ ਜੀ ਔਰ ਇਹ ਵਾਲੀਆਂ ਸਲਾਈਆਂ ਵੀ ਆਪਾਂ ਅੱਧਾ ਅੱਧਾ ਇੰਚ ਮਾਰਜਿਨ ਰੱਖ ਕੇ ਲਗਾਉਣੀਆਂ ਨੇ ਜੀ ਸਾਈਡ ਵਾਲੀਆਂ ਹਾਂਜੀ ਆਪਣੀ ਦੂਜੀ ਸਲਾਈ ਵੀ ਲੱਗ ਗਈ ਹੁਣ ਆਪਾਂ ਇਹਦੇ ਇਲਾਸਟਿਕ ਦੇ ਉੱਪਰ ਇੱਕ ਸਲਾਈ ਲਗਾਉਣੀ ਹੈ ਜੀ ਕਪੜਾ ਖਿੱਚ ਕੇ ਇਸ ਤਰੀਕੇ ਨਾਲ ਹਾਂਜੀ ਆਪਣੀ ਇੱਕ ਸਲਾਈ ਲੱਗ ਗਈ ਹੁਣ ਆਪਾਂ ਇਹਦੇ ਅੱਧਾ ਇੰਚ ਦਾ ਗੈਪ ਰੱਖ ਕੇ ਇੱਕ ਸਲਾਈ ਹੋਰ ਲਗਾਵਾਂਗੇ ਹਾਂਜੀ ਇਹ ਆਪਣੇ ਇਲਾਸਟਿਕ ਦੇ ਸਲਾਈਆਂ ਵੀ ਲੱਗ ਚੁੱਕੀਆਂ ਨੇ ਜੀ ਹੁਣ ਆਪਾਂ ਇਹਦਾ ਘੇਰਾ ਫੋਲਡ ਕਰਾਂਗੇ ਔਰ ਇੱਥੇ ਆਪਾਂ ਜਿਹੜਾ ਫੱਟਾ ਭੰਨਣਾ ਹੈ ਉਹ 3 ਇੰਚ ਦਾ ਭੰਨਣਾ ਹੈ ਔਰ ਹਮੇਸ਼ਾ ਜਦੋਂ ਵੀ ਤੁਸੀਂ ਲਹਿੰਗਾ ਬਣਾਓ 3 ਜਾਂ 4 ਇੰਚ ਦਾ ਫੱਟਾ ਜ਼ਰੂਰ ਭੰਨਣਾ ਹੈ ਹਾਂਜੀ ਔਰ ਫੱਟਾ ਭੰਨਣ ਤੋਂ ਬਾਅਦ ਆਪਾਂ ਲਗਾਵਾਂਗੇ ਲੈਸ ਔਰ ਲੈਸ ਲੱਗਣ ਤੋਂ ਬਾਅਦ ਆਪਣੇ ਲਹਿੰਗੇ ਦੀ ਲੁੱਕ ਇਸ ਤਰੀਕੇ ਦੀ ਆਈ ਹੈ ਜੀ ਹਾਂਜੀ ਇਸ ਤੋਂ ਬਾਅਦ ਸਟਿਚ ਕਰਨਾ ਹੈ ਆਪਾਂ ਆਪਣਾ ਕਮੀਜ਼ ਦੇਖੋ ਇਸ ਤਰੀਕੇ ਦਾ ਮੈਂ ਕਪੜਾ ਲੈ ਲਿਆ ਹੈ ਹਾਂਜੀ ਇਹ ਕਪੜਾ ਨੂੰ 4 ਫੋਲਡ ਕਰਕੇ ਵਿਛਾ ਲੈਣਾ ਹੈ ਇਸ ਤੋਂ ਬਾਅਦ ਜਿਹੜਾ neck ਚੋਂ ਕਪੜਾ ਨਿਕਲਿਆ ਕੱਟ ਕਰਕੇ ਉਹ ਆਪਾਂ ਇਹਦੇ ਤੇ ਰੱਖ ਕੇ ਦੀ ਕਟਿੰਗ ਕਰ ਲੈਣੀ ਹੈ ਜੀ ਕਟਿੰਗ ਕਰਨ ਤੋਂ ਬਾਅਦ 2-2 ਇੰਚ ਦਾ ਕਪੜਾ ਰੱਖ ਕੇ ਤੇ ਆਪਾਂ ਇਸ ਤਰੀਕੇ ਨਾਲ ਕਟਿੰਗ ਕਰ ਲੈਣੀ ਇਹ ਵਾਲਾ ਕਪੜਾ ਲੱਗੇਗਾ ਆਪਣੇ ਗਲੇ ਤੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਗਲਾ ਰੱਖਣਾ ਹੈ ਔਰ ਉੱਪਰ ਇਹ ਕਪੜਾ ਇਸ ਤਰੀਕੇ ਨਾਲ ਰੱਖ ਕੇ ਤੇ ਆਪਾਂ ਇਹਨੂੰ ਜੋਇੰਟ ਕਰ ਲਾਂਗੇ ਹਾਂਜੀ ਇਸ ਤੋਂ ਬਾਅਦ ਆਪਾਂ ਇੱਕ ਪੱਟੀ ਕੱਟ ਕਰਨੀ ਹੈ ਜਿਹੜੀ ਆਪਾਂ ਆਪਣੇ ਕਮੀਜ਼ ਦੇ ਸੈਂਟਰ 'ਚ ਲਗਾਉਣੀ ਹੈ ਜੀ ਕੱਟ ਦੇ ਵਿੱਚ ਹਾਂਜੀ ਮੈਂ 3 ਇੰਚ ਚੜਾਈ ਲੈ ਕੇ ਇੱਕ ਪੱਟੀ ਕੱਟ ਕਰ ਲਈ ਉਹਦੇ ਸੈਂਟਰ ਦੇ ਵਿੱਚ ਨਿਸ਼ਾਨ ਲਗਾ ਲਿਆ ਇਸ ਤਰੀਕੇ ਨਾਲ ਹਾਂਜੀ ਇਸ ਤਰੀਕੇ ਨਾਲ ਪੱਟੀ ਰੱਖ ਕੇ ਇਹਦੇ ਉੱਪਰ ਆਪਾਂ ਇਸ ਤਰੀਕੇ ਨਾਲ ਕਪੜਾ ਸੈੱਟ ਕਰ ਲੈਣਾ ਹੈ ਪੂਰਾ ਕਮੀਜ਼ ਦਾ ਔਰ ਇਹਦੇ ਸਿਲਾਈ ਲਗਾ ਦੇਣੀ ਹੈ ਠੀਕ ਹੈ ਜੀ ਔਰ ਇਹ ਸਿਲਾਈ ਦੇਖੋ ਆਪਾਂ ਇਸ ਤਰੀਕੇ ਨਾਲ ਲਗਾਉਣੀ ਹੈ ਇੱਕ ਸਾਈਡ ਤੋਂ ਸਲਾਈ ਸ਼ੁਰੂ ਕਰਕੇ ਆਪਾਂ ਦੂਜੀ ਸਾਈਡ ਤੱਕ ਲੈ ਕੇ ਜਾਣੀ ਹੈ ਜਿਸ ਤਰ੍ਹਾਂ ਆਪਾਂ ਚਾਕ ਫੋਲਡ ਕਰਦੇ ਆ ਬਿਲਕੁਲ ਇਸੇ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਇੱਕ ਸਾਈਡ ਤੇ ਸਲਾਈ ਲੱਗ ਗਈ ਹੁਣ ਆਪਾਂ ਇਹਨੂੰ ਘੁਮਾ ਕੇ ਦੂਜੀ ਸਾਈਡ ਤੇ ਲਗਾਵਾਂਗੇ ਠੀਕ ਹੈ ਜੀ ਔਰ ਇਹ ਸਲਾਈ ਲਗਾਉਣ ਤੋਂ ਬਾਅਦ ਆਪਾਂ ਸੈਂਟਰ ਚ ਕਪੜਾ ਕੱਟ ਕਰ ਦੇਣਾ ਹੈ ਜਿੱਥੋਂ ਤੱਕ ਆਪਣਾ ਕੱਟਿਆ ਉਥੋਂ ਤੱਕ ਆਪਾਂ ਇਹ ਕਪੜਾ ਕੱਟ ਕਰ ਦਾਂਗੇ ਕੱਟ ਕਰਨ ਤੋਂ ਬਾਅਦ ਆਪਾਂ ਜਿੱਦਾਂ ਆਪਣੇ ਚਾਕ ਫੋਲਡ ਕਰਦੇ ਆ ਉਸ ਤਰੀਕੇ ਨਾਲ ਆਪਾਂ ਇੱਥੇ ਕੱਚੀ ਸਿਲਾਈ ਲਗਾ ਦਾਂਗੇ ਠੀਕ ਹੈ ਜੀ ਇਸ ਲਈ ਤੁਸੀਂ ਕੱਚੀ ਲਗਾਇਓ ਇੱਥੇ ਬਾਅਦ ਵਿੱਚ ਆਪਾਂ ਤਰਪਾਈ ਕਰ ਲਾਂਗੇ ਹਾਂਜੀ ਇਹ ਵਾਲੀ ਸਿਲਾਈ ਲੱਗ ਗਈ ਹੁਣ ਆਪਾਂ ਦੇਖੋ ਜਿੱਥੋਂ ਤੱਕ ਆਪਣਾ ਕੱਟ ਆ ਇੱਥੋਂ ਆਪਾਂ ਇਸ ਤਰੀਕੇ ਨਾਲ ਫੜ ਲੈਣਾ ਔਰ ਨੈੱਕ ਨੈੱਕ ਦਾ ਸੈਂਟਰ ਕਰਕੇ ਇਸ ਤਰੀਕੇ ਨਾਲ ਫੜ ਕੇ ਹਲਕਾ ਜਿਹਾ ਪ੍ਰੈਸ ਕਰ ਲੈਣਾ ਹੱਥ ਨਾਲ ਔਰ ਇੱਥੇ ਆਪਾਂ ਇੱਕ ਮਾਰਕ ਲਗਾ ਦਾਂਗੇ ਸਿੱਧਾ ਸਿੱਧਾ ਪੂਰੇ ਸੈਂਟਰ ਵਿੱਚ ਸਿੱਧਾ ਜਿਹਾ ਇੱਕ ਨਿਸ਼ਾਨ ਲਗਾ ਕੇ ਇੱਥੇ ਆਪਾਂ ਲੈਸ ਲਗਾਉਣੀ ਹੈ ਜੀ ਠੀਕ ਹੈ ਜੀ ਆਪਣੀ ਇੱਕ ਸਾਈਡ ਤੇ ਲੈਸ ਲੱਗ ਗਈ ਹੁਣ ਇਹੋ ਜੀ ਲੈਸ ਆਪਾਂ ਦੂਜੀ ਸਾਈਡ ਤੇ ਲਗਾਉਣੀ ਹੈ ਜੀ ਇਸ ਤਰੀਕੇ ਨਾਲ ਪੂਰੇ ਕੱਟ ਦੇ ਉੱਪਰ ਹਾਂਜੀ ਲੈਸ ਲੱਗ ਗਈ ਹੁਣ ਆਪਾਂ ਤਿਆਰ ਕਰਨਾ ਹੈ ਆਪਣਾ ਗਲਾ ਹਾਂਜੀ ਇਸ ਤਰੀਕੇ ਨਾਲ ਆਪਾਂ ਇੱਕ ਸਲਾਈ ਲਗਾ ਕੇ ਹਾਂਜੀ ਇੱਕ ਪੂਰੀ ਸਲਾਈ ਆਪਾਂ ਲਗਾ ਲੈਣੀ ਫਿਨਿਸ਼ ਕਰਕੇ ਉਸ ਤੋਂ ਬਾਅਦ ਆਪਾਂ ਇਹ ਕੱਚੀ ਸਲਾਈ ਲਗਾਵਾਂਗੇ ਇਹ ਗਲਾ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਹਾਂ ਕੋਈ ਬੁਕਰਮ ਟਿਕਨ ਕੋਸ਼ੀ ਯੂਜ਼ ਨਹੀਂ ਕੀਤਾ ਇਹਦੇ ਵਿੱਚ ਠੀਕ ਹੈ ਜੀ ਔਰ ਕੱਚੀ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਇੱਕ ਪੱਕੀ ਸਲਾਈ ਲਗਾਉਣੀ ਹੈ ਔਰ ਇਹ ਸਲਾਈ ਲਗਾਉਣੀ ਆਪਾਂ ਬਿਲਕੁਲ ਕਿਨਾਰੀ ਕਿਨਾਰੀ ਦੇ ਉੱਪਰ ਹਾਂਜੀ ਆਪਣੀ ਕਿਨਾਰੀ ਵਾਲੀ ਸਲਾਈ ਵੀ ਲੱਗ ਚੁੱਕੀ ਹੈ ਜੀ ਹਾਂਜੀ ਇਸੇ ਤਰੀਕੇ ਨਾਲ ਆਪਾਂ ਪਿਛਲਾ ਗਲਾ ਵੀ ਤਿਆਰ ਕਰ ਲਿਆ ਹੈ ਜੀ ਇਸ ਤਰੀਕੇ ਨਾਲ ਹੁਣ ਆਪਾਂ ਜੋੜਨੇ ਨੇ ਜੀ ਇਹਦੇ ਮੋਢੇ ਸਭ ਤੋਂ ਪਹਿਲਾਂ ਇਹਦੇ ਮੋਢੇ ਜੋੜਾਂਗੇ ਹਾਂਜੀ ਮੋਢੇ ਜੋੜਨ ਤੋਂ ਬਾਅਦ ਆਪਾਂ ਲਗਾਵਾਂਗੇ ਇਹਦੀ ਫਿਟਿੰਗ ਦੀ ਸਲਾਈ ਹਾਂਜੀ ਇਸ ਤਰੀਕੇ ਨਾਲ ਆਪਾਂ ਜਿੱਤਰਾ ਜਿੱਤਰਾ ਮਾਰਕਿੰਗ ਕੀਤੀ ਉਸੇ ਤਰੀਕੇ ਨਾਲ ਹੀ ਆਪਾਂ ਇੱਥੇ ਫਿਟਿੰਗ ਦੀ ਸਲਾਈ ਲਗਾ ਲਾਂਗੇ ਹਾਂਜੀ ਆਪਣੀ ਫਿਟਿੰਗ ਦੀ ਸਲਾਈ ਲੱਗਣ ਤੋਂ ਬਾਅਦ ਜਿਹੜੇ ਆਪਣੇ ਅਗਲੇ ਘੇਰੇ ਆ ਆਪਾਂ ਇਹਨਾਂ ਦੋਵਾਂ ਨੂੰ ਕੱਚਾ ਕਰ ਲਾਂਗੇ ਪਹਿਲਾਂ ਆਪਾਂ ਸਿਰਫ ਅਗਲੇ ਘੇਰੇ ਨੂੰ ਕੱਚਾ ਕਰਨਾ ਔਰ ਇਹਦੇ ਉੱਤੇ ਆਪਾਂ ਆਵਲੀ ਲੈਂਸ ਲਗਾ ਲੈਣੀ ਹੈ ਜੀ ਆਹ ਰੇ ਲੈਂਸ ਲਗਾਉਣ ਤੋਂ ਬਾਅਦ ਆਪ ਆਪ ਆਪਣੀਆਂ ਚਾਕਾਂ ਵੀ ਫੋਲਡ ਕਰ ਲਾਂਗੇ ਔਰ ਚਾਕਾਂ ਫੋਲਡ ਕਰਨ ਤੋਂ ਬਾਅਦ ਆਪਾਂ ਆਵਲੀ ਜਿਹੜੀ ਬਰੀਕ ਲੈਂਸ ਆ ਇਹ ਪੂਰੇ ਤੇ ਲਗਾ ਦਾਂਗੇ ਅਗਲੇ ਪਿਛਲੇ ਘੇਰੇ ਤੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਅਗਲੀਆਂ ਚਾਕਾਂ ਤੋਂ ਸ਼ੁਰੂ ਕਰਨੀ ਹੈ ਲੈਂਸ ਲਗਾਉਣੀ ਹੈ ਔਰ ਪਿਛਲੇ ਪਿਛਲੀਆਂ ਚਾਕਾਂ ਔਰ ਘੇਰੇ ਤੇ ਵੀ ਆਪਾਂ ਇਸ ਤਰੀਕੇ ਨਾਲ ਲੈਂਸ ਲਗਾ ਲਾਂਗੇ ਠੀਕ ਹੈ ਜੀ ਹਾਂਜੀ ਬਿਲਕੁਲ ਸਿੰਪਲ ਜੀ ਔਰ ਸਸਤੀ ਜੀ ਲੈਂਸ ਦੇ ਨਾਲ ਆਪਾਂ ਇੱਕ ਬਹੁਤ ਪਿਆਰੀ ਜੀ ਡਰੈਸ ਬਣਾ ਕੇ ਤਿਆਰ ਕਰ ਲਾਂਗੇ ਜੀ ਹਾਂਜੀ ਆਪਣੇ ਪਿਛਲੇ ਘੇਰੇ ਨੂੰ ਵੀ ਲੱਗ ਗਈ ਔਰ ਇਸ ਤਰੀਕੇ ਨਾਲ ਆਪਾਂ ਪੂਰੇ ਤੇ ਅੱਗੇ ਪਿੱਛੇ ਹੀ ਇਹ ਵਾਲੀ ਲੈਂਸ ਲਗਾ ਲਈ ਹੈ ਜੀ ਔਰ ਇਸ ਤੋਂ ਬਾਅਦ ਆਪਾਂ ਆਪਣੀਆਂ 슬ੀਵਸ ਵੀ ਤਿਆਰ ਕਰ ਲੈਣੀਆਂ ਨੇ ਜੀ ਹਾਂਜੀ ਇਸ ਤਰੀਕੇ ਨਾਲ ਆਪਾਂ ਆਪਣੀਆਂ 슬ੀਵਸ ਵੀ ਤਿਆਰ ਕਰ ਲਈਆਂ ਨੇ ਜੀ ਔਰ ਬਣਨ ਤੋਂ ਬਾਅਦ ਆਪਣਾ ਕਮੀਜ਼ ਇਸ ਤਰੀਕੇ ਨਾਲ ਆਏਗਾ ਜੀ ਠੀਕ ਹੈ ਜੀ ਧੰਨਵਾਦ